MIQ ਵਿੱਚ ਆਪਣੇ ਮਰਦੇ ਹੋਏ ਪਿਓ ਨੂੰ ਮਿਲਣ ਲਈ 66 ਘੰਟੇ ਦੀ ਭੁੱਖ ਹੜਤਾਲ ਕਰਨ ਵਾਲੇ ਕਰਟ ਲੈਨਫੋਰਡ ਨੇ ਨਿਊਜ਼ੀਲੈਂਡ ਸਰਕਾਰ ਤੋਂ ਮੁਆਫੀ ਦੀ ਮੰਗ ਕੀਤੀ ਹੈ। ਦਰਅਸਲ ਅੱਜ ਹਾਈ ਕੋਰਟ ਵੱਲੋਂ ਆਪਣੇ ਫੈਸਲੇ ਵਿੱਚ ਸੁਣਾਇਆ ਗਿਆ ਕਿ ਇਹ ਗੱਲ ਠੀਕ ਸੀ ਕਿ ਨਿਊਜ਼ੀਲੈਂਡ ਵਾਸੀਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ MIQ ਦਾ ਨਿਯਮ ਜ਼ਰੂਰੀ ਸੀ, ਪਰ ਸਰਕਾਰ ਨੇ ਜਿਸ ਢੰਗ ਨਾਲ ਲਾਟਰੀ ਸਿਸਟਮ ਅਮਲ ਵਿੱਚ ਲਿਆਂਦਾ ਉਹ ਮਜਬੂਰ ਲੋਕਾਂ ਦੀ ਤਕਲੀਫ ਨੂੰ ਵਧਾਉਣ ਵਾਲਾ ਸੀ। ਅਜਿਹੇ ਲੋਕਾਂ ਵਿੱਚੋਂ ਇੱਕ ਸੀ ਕਰਟ, ਜੋ ਆਪਣੇ ਮਰਦੇ ਹੋਏ ਪਿਓ ਨੂੰ ਮਿਲਣ ਲਈ MIQ ਵਿੱਚ 66 ਘੰਟੇ ਭੁੱਖਾ ਰਿਹਾ ਤਾਂ ਜੋ ਉਸ ਨੂੰ MIQ ਵਿੱਚੋਂ ਜਾਣ ਦੀ ਇਜਾਜ਼ਤ ਮਿਲ ਸਕੇ ਤੇ ਉਹ ਆਪਣੇ ਮਰਦੇ ਹੋਏ ਪਿਓ ਨੂੰ ਮਿਲ ਸਕੇ। ਹਾਈ ਕੋਰਟ ਨੇ ਕਿਹਾ ਕਿ ਸਰਕਾਰ ਇਸ ਨੂੰ ਹੋਰ ਪ੍ਰਭਾਵੀ ਢੰਗ ਨਾਲ ਅਮਲ ਵਿੱਚ ਲਿਆ ਸਕਦੀ ਸੀ, ਜਿਸ ਦੇ ਕਾਰਨ ਲੋਕਾਂ ਨੂੰ ਤਕਲੀਫ ਵਿੱਚੋਂ ਨਾ ਗੁਜ਼ਰਨਾ ਪੈਂਦਾ।